बिना ना सहारा मेरा कोई, मैं केड़े दर जावा दातिया। तेरे बिना ना सहारा मेरा कोई, मैं केड़े दर जावा दातिया। दर जी मैं जावा दातिया, दर जी मैं जावा दातिया। तेरे बिना ना सहारा मेरा कोई, मैं केड़े दर जावा दातिया। तुसी मेरे माता पिता, तुसी मेरे साईं जी। तुसी मेरे माता पिता, तुसी मेरे साईं जी। तुसी रखवाले मेरे दाता सब थाईं जी। तुसी रखवाले मेरे दाता सब थाईं जी। कौन जाने ना दाता जी तेरे कोई, की सिफत सुनावा दातिया। सहारा मेरा कोई, मैं केड़े दर जावा दातिया। जदों तू मैं दास तेरे चरना दा हो गया, जदों तू मैं दास तेरे चरना दा हो गया। हर दुख रोग दाता आपे दूर हो गया, हर दुख रोग दाता आपे दूर हो गया। गुरु घर जाके साध संगता दी धूड़ मथे लावा दातिया। मैं केड़े दर जावा दातिया। फुल्लां दा मैं घर तुसी बख्शण हारे जी, फुल्लां दा मैं घर तुसी बख्शण हारे जी। वाली दो जहान तुसी शहनशाह प्यारे जी, वाली दो जहान तुसी शहनशाह प्यारे जी। फुल्लां आप दे बगैर की दे कोलों जाके बख्शावा दातिया। तेरे बिना ना सहारा मेरा कोई, मैं केड़े दर जावा दातिया।
ਸੱਚਾ ਤੇਰਾ ਨਾਮ ਦਾਤਾ ਜਦੋਂ ਤੋਂ ਮੈਂ ਜਪਦਾ ਸੱਚਾ ਤੇਰਾ ਨਾਮ ਦਾਤਾ ਜਦੋਂ ਤੋਂ ਮੈਂ ਜਪਦਾ ਜਨਮ ਮਰਨ ਤੋਂ ਹਾਂ ਰਹਿਤ ਇੰਜ ਲੱਗਦਾ ਖੁਸ਼ੀਆਂ ਨੇ ਪੈਰ ਮੇਰੇ ਚੁੰਮ ਲੈ ਗੁਣ ਤੇਰੇ ਗਾਵਾਂ ਗਾਤਿਆ ਤੇਰੇ ਬਿਨਾ ਨਾ ਸਹਾਰਾ ਮੇਰਾ ਕੋਈ ਮੈਂ ਕਿਹੜੇ ਦਰ ਜਾਵਾਂ ਦਾਤਿਆ ਫਰਿਆਦ ਜੀ ਵਿਸਰੇ ਨਾ ਨਾਮ ਦਾਤਾ ਮਰਨ ਤੋਂ ਬਾਅਦ ਵੀ ਤੇਰੇ ਨਾਮ ਵਾਲਾ ਪੱਲਾ ਫੜ ਭਾਵ ਜਲ ਪਾਰ ਹੋ ਜਾਵਾਂ ਦਾਤਿਆ ਜਦੋਂ ਸਿੱਖ ਗੁਰੂ ਦਾ ਪਿਆਰਾ ਆਪਣੇ ਗੁਰੂ ਦੇ ਚਰਨਾਂ ਵਿੱਚ ਦੁਖੀ ਹੋਇਆ ਇਹ ਅਰਦਾਸ ਕਰੇ ਵੀ ਹੇ ਸਤਿਗੁਰੂ ਮੈਨੂੰ ਤੇਰੇ ਬਿਨਾ ਕੋਈ ਸਹਾਰਾ ਨਹੀਂ ਤੇ ਮੈਨੂੰ ਦੱਸ ਦੇ ਮੈਂ ਕਿੱਥੇ ਜਾਵਾਂ ਕਿਹੜੇ ਦਰ ਤੇ ਜਾਵਾਂ ਤੇ ਗੁਰੂ ਪਿਆਰਿਓ ਜਦੋਂ ਸਿੱਖ ਅਰਦਾਸ ਕਰੇਗਾ ਨਾ ਤਾਂ ਸਤਿਗੁਰੂ ਆਪਣੇ ਉਸ ਸੇਵਕ ਦੇ ਉਸ ਪਿਆਰੇ ਦੇ ਸਾਰੇ ਦੁੱਖ ਰੋਗ ਦੂਰ ਕਰ ਦੇਣਗੇ ਉਹਨੂੰ ਖੁਸ਼ੀਆਂ ਦੀਆਂ ਬਖਸ਼ਿਸ਼ਾਂ ਕਰ ਦੇਣਗੇ ਤੇ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਨੂੰ ਆਪਾਂ ਆਖਦੇ ਨੇ ਕਿ ਹੇ ਸਤਿਗੁਰੂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੇ ਜੇ ਸਤਿਗੁਰੂ ਆਪਣੇ ਮਾਤਾ ਪਿਤਾ ਨੇ ਆਪਾਂ ਮੰਨਦੇ ਹੈ ਤੇ ਜਿਸ ਤਰ੍ਹਾਂ ਫਿਰ ਬੱਚਾ ਜਿੱਦ ਕਰਕੇ ਆਪਣੇ ਮਾਤਾ ਪਿਤਾ ਤੋਂ ਚੀਜ਼ ਮੰਗਦਾ ਹੈ ਨਾ ਤੇ ਆਪਾਂ ਨੂੰ ਵੀ ਜਿੱਦ ਕਰਕੇ ਆਪਣੇ ਗੁਰੂ ਤੋਂ ਵਸਤੂ ਮੰਗਣੀ ਪੈਣੀ ਹੈ ਜਦੋਂ ਜਿੱਦ ਕਰਾਂਗੇ ਤੇ ਆਪਾਂ ਮਾਤਾ ਪਿਤਾ ਸਮਝਦੇ ਹਾਂ ਤੇ ਸਤਿਗੁਰੂ ਆਪਣੀਆਂ ਮੰਗਾਂ ਪੂਰੀਆਂ ਕਰ ਦੇਣਗੇ ਇੱਕ ਐਸੀ ਵਾਰਤਾ ਆਉਂਦੀ ਹੈ ਧੰਨ ਗੁਰੂ ਰਾਮਦਾਸ ਸਹਿ ਪਾਤਸ਼ਾਹ ਦੇ ਸਮੇਂ ਦੀ ਵਾਰਤਾ ਗੁਰੂ ਪਿਆਰਿਓ ਇੱਕ ਸਿੱਖ ਦਿੱਲੀ ਦਾ ਰਹਿਣ ਵਾਲਾ ਸਤਿਗੁਰਾਂ ਦਾ ਸੇਵਕ ਸਤਿਗੁਰਾਂ ਦਾ ਸ਼ਰਧਾਲੂ ਬਾਣੀ ਪੜ੍ਹਿਆ ਕਰੇ ਸਿਮਰਨ ਕਰਿਆ ਕਰੇ ਸੁਬਹਾ ਸ਼ਾਮ ਉਹਨੇ ਬਾਣੀ ਪੜ੍ਹਨੀ ਸਿਮਰਨ ਕਰਨਾ ਤੇ ਉਹਦੇ ਘਰ ਦੇ ਨੇੜੇ ਇੱਕ ਗਰੀਬੜਾ ਜਿਹਾ ਬੰਦਾ
ਉਹ ਗਰੀਬ ਕਿਉਂ ਹੋਇਆ, ਹੈ ਕਿਸੇ ਅਮੀਰ ਘਰ ਦਾ ਉਹ ਲੜਕਾ ਸੀ, ਪਤਾ ਨਹੀਂ ਪਿਛਲੇ ਕਰਮਾਂ ਕਰਕੇ ਉਹਦੇ 'ਤੇ ਐਸਾ ਅਸਰ ਹੋਇਆ ਕਿ ਉਹਨੂੰ ਕੋਹੜ ਦਾ ਰੋਗ ਹੋ ਗਿਆ। ਅਤੇ ਜਦੋਂ ਉਹ ਗੁਰੂ ਦਾ ਸਿੱਖ ਬਾਣੀ ਪੜ੍ਹਿਆ ਕਰੇ ਅਤੇ ਇਸ ਕੋਹੜੀ ਦੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਿਆ ਕਰੇ ਅਤੇ ਗੁਰੂ ਪਿਆਰਿਓ ਉਹ ਕੋਹੜੀ ਨੂੰ ਇਉਂ ਲੱਗਿਆ ਕਰੇ ਬਈ ਜਿਵੇਂ ਉਹਦਾ ਰੋਗ ਠੀਕ ਹੋ ਰਿਹਾ, ਉਹਦੇ ਤਨ ਨੂੰ ਉਹਦੇ ਮਨ ਨੂੰ ਠੰਡਕ ਮਹਿਸੂਸ ਹੋਇਆ ਕਰੇ। ਅਤੇ ਇੱਕ ਦਿਨ ਉਹ ਕੋਹੜੀ ਹੌਲੀ ਹੌਲੀ ਰਿੜਦਾ ਰਿੜਦਾ ਉਹ ਸਿੱਖ ਦੇ ਘਰ ਗਿਆ, ਕਹਿੰਦਾ ਕਿ ਗੁਰੂ ਦੇ ਪਿਆਰਿਆ, ਤੂੰ ਜਿਹੜੀ ਅੰਮ੍ਰਿਤ ਵੇਲੇ ਸਵੇਰੇ ਬਾਣੀ ਪੜ੍ਹਦਾ, ਕੋਈ ਪਾਠ ਕਰਦਾ, ਜਦੋਂ ਮੇਰੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਨਾ, ਤੇ ਮੇਰਾ ਤਨ ਮਨ ਸ਼ਾਂਤ ਹੋ ਜਾਂਦਾ, ਮੈਨੂੰ ਇਉਂ ਲੱਗਦਾ ਵੀ ਜਿਵੇਂ ਮੈਨੂੰ ਕੋਈ ਰੋਗ ਹੀ ਹੈ ਨਹੀਂ। ਅਤੇ ਉਹ ਸਿੱਖ ਕਹਿੰਦਾ ਬਈ ਭਲਿਆ, ਤੇਰੇ ਸਰੀਰ 'ਤੇ ਕੋਹੜ ਦਾ ਰੋਗ ਹੈ ਨਾ, ਅਤੇ ਜੇ ਤੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨਾਂ 'ਚ ਅਰਦਾਸ ਕਰੇ ਤਾਂ ਤੇਰਾ ਇਹ ਰੋਗ ਦੂਰ ਹੋ ਸਕਦਾ। ਉਹ ਕੋਹੜੀ ਬੜਾ ਰੋ ਰਿਹਾ, ਉਹ ਸਿੱਖ ਨੂੰ ਕਹਿੰਦਾ ਕਿ ਸਿੱਖਾ, ਮੈਂ ਤੈਨੂੰ ਗਰੀਬ ਲੱਗ ਰਿਹਾ ਹੈ ਨਾ, ਮੈਂ ਇੱਕ ਅਮੀਰ ਘਰ ਦਾ ਲੜਕਾ ਹੈ ਅਤੇ ਮੇਰੇ ਕਰਮਾਂ ਦਾ ਫਲ ਮੈਨੂੰ ਇਹ ਕੋਹੜ ਦਾ ਰੋਗ ਹੋ ਗਿਆ, ਮੈਨੂੰ ਮੇਰੇ ਘਰਦਿਆਂ ਨੇ ਵੀ ਛੱਡ ਦਿੱਤਾ, ਮੇਰੀ ਪਤਨੀ ਨੇ ਵੀ, ਬੱਚਿਆਂ ਨੇ ਵੀ ਛੱਡ ਦਿੱਤਾ, ਮਾਤਾ ਪਿਤਾ ਨੇ ਵੀ ਛੱਡ ਦਿੱਤਾ, ਡਰਦਿਆਂ ਨੇ ਵੀ ਕਿਤੇ ਇਹ ਕੋਹੜ ਦਾ ਰੋਗ ਸਾਨੂੰ ਨਾ ਹੋ ਜਾਵੇ, ਅਤੇ ਹੁਣ ਤੂੰ ਹੀ ਹੈ ਜਿਹੜਾ ਮੇਰੀ ਸਹਾਇਤਾ ਕਰ ਸਕਦਾ। ਕਹਿੰਦਾ ਸਿੱਖਾ, ਹੁਣ ਕਿਰਪਾ ਕਰ, ਮੈਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਲੈ ਚੱਲ। ਅਤੇ ਗੁਰੂ ਪਿਆਰਿਓ ਸਮਾਂ ਪਿਆ, ਉਹ ਸਿੱਖ ਨੇ ਤਿਆਰੀ ਕੀਤੀ, ਨਾਲ ਇਸ ਕੋਹੜੀ ਨੂੰ ਲੈ ਲਿਆ। ਕਈਆਂ ਦਿਨਾਂ ਤੋਂ ਹੌਲੀ ਹੌਲੀ ਚੱਲਦੇ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਅੰਮ੍ਰਿਤ ਬਾਣੀ ਦਾ ਕੀਰਤਨ ਹੋ ਰਿਹਾ ਸੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਆਸਣ 'ਤੇ ਬੈਠੇ ਸਨ, ਅਤੇ ਗੁਰੂ ਪਿਆਰਿਓ ਜਦੋਂ ਸਿੱਖ ਕੋਹੜੀ ਨੂੰ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਪਹੁੰਚਿਆ, ਮੱਥਾ ਟੇਕਿਆ, ਨਮਸਕਾਰ ਕੀਤੀ, ਅਤੇ ਸਿੱਖ ਪਾਤਸ਼ਾਹ ਨੂੰ ਕਹਿੰਦਾ ਸਤਿਗੁਰੂ, ਆ ਇੱਕ ਦੁਖਿਆਰਾ ਹੈ, ਆ ਇੱਕ ਕੋਹੜੀ ਹੈ, ਇਹ ਤੁਹਾਡੇ ਚਰਨਾਂ 'ਚ ਅਰਦਾਸ ਕਰ ਰਿਹਾ, ਕਿਰਪਾ ਕਰੋ ਇਹਦਾ ਰੋਗ ਠੀਕ ਕਰ ਦਿਓ। ਅਤੇ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਉਹ ਕੋਹੜੀ ਵੀ ਪਾਤਸ਼ਾਹ ਦੇ ਚਰਨਾਂ 'ਚ ਖੜ੍ਹਾ, ਉਹ ਵੀ ਅਰਦਾਸ ਕਰ ਰਿਹਾ, ਰੋ ਰੋ ਕੇ ਆਖ ਰਿਹਾ ਕਿ ਸਤਿਗੁਰੂ, ਮੈਂ ਤੇਰੇ ਦਰਬਾਰ ਦੀ ਬੜੀ ਮਹਿਮਾ ਸੁਣੀ ਹੈ, ਮੈਨੂੰ ਤੇਰੇ ਬਿਨਾਂ ਕੋਈ ਸਹਾਰਾ ਨਹੀਂ, ਅਤੇ ਕਿਰਪਾ ਕਰੋ ਮੇਰਾ ਰੋਗ ਠੀਕ ਕਰ ਦਿਓ। ਪਾਤਸ਼ਾਹ ਕਹਿੰਦੇ ਬਈ ਭਲਿਆ, ਤੇਰਾ ਰੋਗ ਠੀਕ ਹੋ ਜਾਣਾ, ਪਰ ਤੈਨੂੰ ਸੇਵਾ ਕਰਨੀ ਪੈਣੀ ਹੈ। ਕਿਹੜੀ ਸੇਵਾ? ਕਿਉਂ ਕਰ? ਬਈ ਜਿੱਥੇ ਸੰਗਤ ਜੋੜੇ ਉਤਾਰਦੀ ਹੈ, ਸੰਗਤ ਦੇ ਜੋੜਿਆਂ ਦੀ ਤੂੰ ਸੇਵਾ ਕਰਨੀ ਹੈ, ਅਤੇ ਜਿਹੜੀ ਸੰਗਤਾਂ ਦੀ ਚਰਨ ਧੂੜ ਜੋੜਿਆਂ ਨਾਲੋਂ ਉਤਰੇ ਉਹਨੂੰ ਤੂੰ ਆਪਣੇ ਪਿੰਡੇ 'ਤੇ ਲਾਉਣਾ ਹੈ। ਪਾਤਸ਼ਾਹ ਕਹਿੰਦੇ ਵੀ ਤੂੰ 5 ਦਿਨ ਇਉਂ ਕਰ, ਅਤੇ 5ਵੇਂ ਦਿਨ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੀ। ਅਤੇ ਉਹ ਸਿੱਖ ਨੇ ਕੋਹੜੀ ਨੂੰ ਨਾਲ ਲਿਆ, ਬਿਠਾ ਦਿੱਤਾ ਜਿੱਥੇ ਸੰਗਤ ਜੋੜੇ ਉਤਾਰਦੀ ਸੀ।
अपने हाथ नाल कपड़े नाल जोड़े साफ कर रहा है। वह कोड़ी जेड़े संगतां दी चरण धूल जोड़िया नालों उतरे वो अपने जख्मां ते पिंडे ते मल रहा है। ते गुरु प्यारे उनू इउं लगे एक तां कन्नां विच बाणी दी आवाज़ पवे कीर्तन दी आवाज़ पवे एक पिंडे उत्ते शरीर उत्ते संगतां दे चरणां दी धूड़ लगे ते उनू इउं लग रहा भी जिवें उहदे सारे जख्म सुक गए ने। पांच दिन उन्हें सेवा कीती संगतां भी दूरों दूरों आउंदियां सन सतगुरां दे चरणां च संगतां ने भी वेख्या। जदों पंजवां दिन होया ते गुरु प्यारिओ ओ सिख ने कोड़ी नू अपने हत्थी अमृत सरोवर विच इशनान करवाया। जदों पांच चुब्बियां उहदियां लवाईयां बाहर उनू कढ़िया ते गुरु प्यारे उहदे सारे जख्म ठीक हो गए। नौ बार नौ सतगुरां दा शुकराना कर रहा है। जिहड़ा आस लैके आया सी जिहड़ा भरोसा रख के आया सी भी सतगुरु मैनू तेरे बिना कोई सहारा नहीं ते जे तू मेरा ये रोग नहीं ठीक कर सकता ते मैनू होर जगह दस दे होर दर मैनू दस दे जिथे मैं चलिया जावा। ते सतगुरां ने ऐसी कृपा की गुरु प्यारे उहदा रोग दूर कर दिता है। ते गुरु प्यारे ओ कोड़ी जिहड़ा सतगुरां दा सेवक बन गया सी सिख दे नाल ओ 10-15 दिन श्री अमृतसर साहिब रहा ते की करदा रहा लंगर विच संगत दे जूठे भांडे मांझिया करे संगत दी पखे चल के सेवा करिया करे संगत नू जल छकाया करे कई दिन सेवा करदा रहा ते सारी संगत उहदे उत्ते बड़ी खुश। ते तुहानू पता है ना जे संगत खुश है ते गुरु खुश है। बड़ी सेवा कीती ते सेवा करन तो बाद वो दोनों सिख दिल्ली आए ते जिहड़ा ठीक होया सी कोड़ दे रोग तो जदों दिल्ली आए ते गुरु प्यारे उहदे घरदिआं नूं पता लग्गिआ बई साडा वो बंदा ठीक हो गया। श्री अमृतसर साहिब जा के उहदा कोड़ दा रोग दूर हो गया। सारे उहदे कोल आए उहदे माता पिता भी आ गए घरवाली भी आ गई बच्चे भी आ गए बच्चे गोदी विच बैठन ते उह उठा देवे कहिंदा बई तुसीं ओही हो जिन्हां ने मैनू घरों कढ दित्ता सी ते हुण तुसीं मेरे कुछ नहीं लगदे। ते गुरु प्यारिओ इह तां संसार दी ऐसी रीत बनी होई है ना जे बंदा दुखी है तां उहदे कोल कोई नहीं आउंदा जे सुखी है तां सारे नेड़े हो बहिंदे ने। ते जिहड़ा सिख लै के गया सी ना उहनूं उहने समझाया कहिंदा भलिआ ये संसार दी रीत ही ऐसी है तू ठीक हो गया तेरे ते गुरु रामदास दी कृपा हो गई है हुण तू अपने परिवार नाल रह। ते गुरु प्यारिओ परिवार नाल रहण लग पिआ सारा परिवार बड़ा खुश क्योंकि घरों वह अमीर सी उहदा परिवार ते उहने उस दिन तो की शुरू कीता हर रोज़ सुबह शाम आप भी बैठिया करे अपने परिवार नू भी बिठाया करे आंडियां गुआंडियां नू बुला के संगत दे रूप विच आप भी नाम जपिया करे ते सारी संगत नू भी जपाया करे ते जिन्ना चिर वह जिउंदा रहा उन्हें हजारां दी गिणती विच भुले भटके लोगां नू गुरु घर दे नाल जोड़ दिता। ते गुरु प्यारे वो आप भी तर गया ते उन्हें दुनिया नू भी तार दिता पातशाह ने उहदे ते ऐसी कृपा कीती सी तेरे बिना ना सहारा मिल।
मेरा कोई, मैं केड़े दर जावा दात्या। केड़े दर जी मैं जावा दात्या, तेरे बिना ना सहारा मेरा कोई, मैं केड़े दर जावा दात्या। करे हिम्मत एहो फरियाद जी, विसरे ना नाम दाता मरन तो बाद भी, तेरे नाम वाला पल्ला फाड़ पाव जन पार हो जावा दात्या। बिना ना सहारा मेरा कोई, मैं केड़े दर जावा दात्या। तेरे बिना ना सहारा मेरा कोई, मैं केड़े दर जावा दात्या। सहारा मेरा कोई, मैं केड़े दर जावा दात्या।